ਸੜ ਜਾ ਜਲ ਜਾ ਕੱਜਲ ਹੋ ਜਾ ਕਹਿ ਦੇ ਸੱਚ ਪੀ ਲੈ ਵਿਸ਼ ਪਿਆਲਾ ਦੇ ਦੇ ਜਾਨ ਮੁਕੰਮਲ ਹੋ ਜਾ ਸ਼੍ਰੋਮਣੀ ਸ਼ਾਇਰ ਸੁਰਜੀਤ ਪਾਤਰ ਦੇ ਇਹਨਾਂ ਸਤਰਾਂ ਦੇ ਨਾਲ ਜਿੱਥੇ ਉਹਨਾਂ ਨੇ ਸੱਚ ਦੀ ਕਹਾਣੀ ਨੂੰ ਬਿਆਨ ਕੀਤਾ ਹੈ ਉੱਥੇ ਨਾਲ ਹੀ ਜਦੋਂ ਰਾਜਨੀਤੀ ਹੁੰਦੀ ਹੈ ਜਾਂ ਕੋਈ ਚੋਣਾਂ ਹੁੰਦੀਆਂ ਹੈ ਉੱਥੇ ਸੱਚ ਬੋਲਣ ਵਾਲੇ ਲਈ ਵੀ ਬੜਾ ਔਖਾ ਹੁੰਦਾ ਹੈ ਸੱਚ ਬੋਲਣਾ ਜੇ ਗੁਰਾਇਆਂ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਰੇਸ਼ਮ ਸਿੰਘ ਇੱਕ ਅਜਿਹਾ ਨਾਂ ਹੈ ਜਿਸਨੇ ਬੇਬਾਕੀ ਦੇ ਨਾਲ ਜਦੋਂ ਵੀ ਕੋਈ ਗਲਤ ਕਦਮ ਹੁੰਦਾ ਹੈ ਉਹ ਉਸਨੇ ਪਾਰਟੀ ਪਲੇਟਫਾਰਮ ਤੇ ਅੰਦਰ ਜਾ ਕੇ ਉਸ ਸੱਚ ਨੂੰ ਬਿਆਨ ਕੀਤਾ ਹੈ ਤੇ ਇਸ ਦੀ ਸ਼ਾਇਦੀ ਗੁਰਾਇਆਂ ਦੇ ਲੋਕਾਂ ਨੇ ਵੀ ਭਰੀ ਹੈ ਸਮੇਂ ਸਮੇਂ ਤੇ ਦੀ ਫਗਵਾੜਾ ਹੈ ਲਾਈਵ ਦੇ ਅੱਜ ਨਗਰ ਕੌਂਸਲ ਚੋਣਾਂ ਦੇ ਸੰਬੰਧ ਵਿੱਚ ਜੋ ਅਸੀਂ ਵਿਸ਼ੇਸ਼ ਗੱਲਬਾਤ ਕਰ ਰਹੇ ਹਾਂ ਸਾਡੇ ਨਾਲ ਨੇ ਸਾਬਕਾ ਮਿਊਂਸੀਪਲ ਕੌਂਸਲਰ ਰੇਸ਼ਮ ਜੀ ਰੇਸ਼ਮ ਜੀ ਭਾਵੇਂ ਕਿ ਤੁਸੀਂ ਇਲੈਕਸ਼ਨ ਨਹੀਂ ਲੜ ਰਹੇ ਪਰ ਮੈਂ ਆ ਰਿਹਾ ਸੀ ਤੇ ਬਹੁਤ ਸਾਰੇ ਪੋਸਟਰ ਮੈਂ ਦੇਖੇ ਵੱਖ ਵੱਖ ਵਾਰਡਾਂ ਦੇ ਤੁਹਾਡੀ ਫੋਟੋ ਉਹਦੇ ਵਿੱਚ ਛਾਇਆ ਹੈ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਤੁਹਾਡੇ ਪਰਿਵਾਰ ਚੋਂ ਕੋਈ ਇਲੈਕਸ਼ਨ ਨਹੀਂ ਲੜ ਰਿਹਾ ਤੁਸੀਂ ਨਹੀਂ ਲੜ ਰਹੇ ਫਿਰ ਵੀ ਹਰ ਪੋਸਟਰ ਤੇ ਰੇਸ਼ਮ ਸਿੰਘ ਬਰਕਰਾਰ ਚੰਨਾ ਸਾਹਿਬ ਸਾਰਿਆਂ ਤੋਂ ਪਹਿਲਾਂ ਤੇ ਮੈਂ ਸਾਡੇ ਦਰਸ਼ਕਾਂ ਨੂੰ ਔਰ ਆਪਣੇ ਜਿਹੜੇ ਪਾਠਕ ਨੇ ਸਾਡੇ ਹੈਡਲਾਈਨ ਦੇ ਉਹਨਾਂ ਨੂੰ ਸਾਰਿਆਂ ਤੋਂ ਪਹਿਲਾਂ ਮੈਂ ਨਮਸਕਾਰ ਕਰਦਾ ਹਾਂ ਜੀ ਇਸ ਤਰ੍ਹਾਂ ਹੈ ਕਿ ਮੇਰਾ ਜਿਹੜਾ ਪਿਛੋਕੜ ਆ ਉਹ ਪਿੱਛੋਂ ਰਾਜਨੀਤੀ ਦੇ ਵਿੱਚ ਰਿਹਾ ਔਰ ਬੜਾ ਲੰਬਾ ਸਮਾਂ ਸੇਵਾ ਕੀਤੀ ਆ ਗੁਰਾਇਆ ਨਗਰ ਦੀ ਔਰ ਇਸੇ ਹਿਸਾਬ ਦੇ ਨੂੰ ਮੁੱਖ ਰੱਖਦਿਆਂ ਹੋਇਆਂ ਪਾਰਟੀਆਂ ਦੇ ਵੱਖੋ ਵੱਖਰੇ ਪਾਰਟੀਆਂ ਦੇ ਸੋਰੀ ਮਾਫ ਕਰਨਾ ਸਾਡੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੇ ਆਪੋ ਆਪਣੇ ਵਾਰਡਾਂ ਦੇ ਵਿੱਚ 10 ਨੂੰ ਮਾਣ ਦਿੰਦਿਆਂ ਹੋਇਆਂ ਕਿਉਂਕਿ ਮੈਂ ਜਿਸ ਵਕਤ NCC ਤੇ ਮੈਂ ਸਾਰੇ ਵਾਰਡਾਂ ਦੇ ਜਿਹੜੀ ਪਬਲਿਕ ਸੀ ਵਗੈਰ ਕਿਸੇ ਭਿੰਨ ਭੇਦ ਦੇ ਉਹਨਾਂ ਦੇ ਨਾਲ ਵਿਤਕਰਾ ਕੀਤੇ ਤੋਂ ਬਗੈਰ ਉਹਨਾਂ ਦੇ ਕੰਮ ਕਰਦਾ ਰਿਹਾ ਤੇ ਇਹੀ ਕਾਰਨ ਹੈ ਕਿ ਸਾਰੇ ਵਾਰਡਾਂ ਦੇ ਵਿੱਚ ਜਿੱਥੇ ਜਿੱਥੇ ਅੱਜ ਮੇਰੇ ਪੋਸਟਰ ਲੱਗੇ ਹੋਏ ਨੇ ਉਹਨਾਂ ਦੇ ਨਾਲ ਉਸੇ ਸੇਵਾ ਨੂੰ ਮੁੱਖ ਰੱਖਦਿਆਂ ਉਹਨਾਂ ਨੇ ਲਗਾਏ ਧਾਰਮਿਕ ਤੌਰ ਤੇ ਤੁਹਾਡਾ ਕਾਫੀ ਤੁਹਾਡੀ ਪਕੜ ਹੈ ਧਰਮ ਬਾਰੇ ਜਦੋਂ ਤੁਸੀਂ ਕੋਈ ਲੈਕਚਰ ਦਿੰਦੇ ਹੋ ਉਹਦੇ ਵਿੱਚ ਵੀ ਧਰਮ ਆਉਂਦਾ ਗੀਤਾ ਕਹਿੰਦਾ ਕਰਮ ਕਰ ਫਲ ਦੀ ਇੱਛਾ ਨਾ ਰੱਖ ਜੀ ਸਾਨੂੰ ਲੱਗਦਾ ਕਿ ਜਿਹੜੇ ਵਾਰਡ ਵਿੱਚ ਕੌਂਸਲਰ 5 ਸਾਲ ਕੰਮ ਹੀ ਨਹੀਂ ਕਰਦੇ ਦੁਬਾਰਾ ਉਹਨਾਂ ਨੂੰ ਖੜੇ ਹੋਣ ਦਾ ਅਧਿਕਾਰ ਜਾਂ ਪਾਰਟੀ ਫਿਰ ਟਿਕਟ ਦਿੰਦੀ ਹੈ ਤੁਹਾਨੂੰ ਲੱਗਦਾ ਇੱਦਾਂ ਹੋਣਾ ਚਾਹੀਦਾ ਰਾਜਨੀਤੀ ਵਿੱਚ ਚੰਨ ਸਾਹਿਬ ਵੈਸੇ ਤਾਂ ਮੈਂ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਕਿ ਜਿਹੜਾ ਵਿਅਕਤੀ ਕੰਮ ਹੀ ਨਹੀਂ ਕਰਦਾ ਉਹਨੂੰ ਅੱਗੇ ਆਉਣਾ ਆਪੇ ਨਹੀਂ ਅੱਗੇ ਆਉਣਾ ਚਾਹੀਦਾ ਅਗਰ ਕੋਈ ਪਾਰਟੀ ਉਸ ਬੰਦੇ ਨੂੰ ਮੁੜ ਕੇ ਫਿਰ ਇੱਕ ਮੌਕਾ ਜ਼ਰੂਰ ਦਿੰਦੀ ਹੈ ਕਿ ਤੂੰ ਆਪਣੇ ਜੀਵਨ ਦੇ ਵਿੱਚ ਸੁਧਾਰ ਕਰ ਔਰ ਆਪਣੀ ਛਵੀ ਵਿੱਚ ਵੀ ਸੁਧਾਰ ਲਿਆ ਜੇਕਰ ਤੂੰ ਕੰਮ ਕਰੇਗਾ ਤੇ ਪਬਲਿਕ ਜਿਹੜੀ ਆ ਉਹ ਤੈਨੂੰ ਉਤਾਂਹ ਚੱਕੂਗੀ ਪਾਰਟੀ ਇੱਕ ਮੌਕਾ ਜ਼ਰੂਰ ਦਿੰਦੀ ਹੈ ਹਰ ਕਿਸੇ ਇਨਸਾਨ ਨੂੰ ਕਈ ਸਾਡੇ ਇਹੋ ਜਿਹੇ ਕੌਂਸਲਰ ਸੀਗੇ ਜਿਨ੍ਹਾਂ ਨੇ ਕੰਮ ਨਹੀਂ ਕੀਤੇ ਉਹਨਾਂ ਦਾ ਹਰਜਾਨਾ ਵੀ ਪਾਰਟੀ ਨੂੰ ਭੁਗਤਣਾ ਪਿਆ ਔਰ ਭੁਗਤ ਵੀ ਰਹੀ ਆ ਤੇ ਇਸੇ ਕਰਕੇ ਆ ਕਿ ਉਹਨਾਂ ਨੂੰ ਮੌਕਾ ਦਿੱਤਾ ਗਿਆ ਮੈਂ ਵੀ ਪਾਰਟੀ ਨੂੰ ਬੇਨਤੀ ਕੀਤੀ ਕਿ ਜੇ ਕਿਸੇ ਕੋਲ ਕੋਈ ਗਲਤੀ ਹੋਈ ਚਲੋ ਇਨਸਾਨ ਗਲਤੀਆਂ ਦਾ ਪੁਤਲਾ ਹੈ ਇੱਕ ਮੌਕਾ ਉਹਨਾਂ ਨੂੰ ਜ਼ਰੂਰ ਦਿੱਤਾ ਜਾਵੇ ਔਰ ਉਹ ਜਿਹੜੇ ਉਮੀਦਵਾਰ ਆ ਉਹ ਮਨ ਦੇ ਵਿੱਚ ਤਹੱਈਆ ਕਰਨ ਦ੍ਰਿੜਤਾ ਦੇ ਨਾਲ ਵਿਸ਼ਵਾਸ ਦਵਾਉਣ ਪਬਲਿਕ ਨੂੰ ਕਿ ਅੱਗੋਂ ਤੋਂ ਅਸੀਂ ਇਹੋ ਜਿਹੀ ਗਲਤੀ ਨਹੀਂ ਕਰਾਂਗੇ ਔਰ ਦ੍ਰਿੜਤਾ ਦੇ ਨਾਲ ਤੁਹਾਡੀ ਸੇਵਾ ਕਰਾਂਗੇ 24 ਘੰਟੇ ਤੁਹਾਨੂੰ ਸਮਰਪਿਤ ਰਹਾਂਗੇ 5 ਸਾਲ ਵਾਸਤੇ 22 ਸਾਲ ਇੱਥੇ ਕਾਂਗਰਸ ਦਾ ਰਾਜ ਰਿਹਾ ਪਹਿਲਾਂ ਨਗਰ ਪੰਚਾਇਤ ਤੇ ਨਗਰ ਕੌਂਸਲ ਬਣੀ ਉਹਦੇ ਵਿੱਚ ਵੀ ਕਾਂਗਰਸ ਜਿਹੜਾ ਆ ਉਹ ਇਹ ਦਾਅਵਾ ਕਰਦੀ ਹੈ ਕਿ 22 ਵਿੱਚੋਂ 15 ਸਾਲ ਤੁਸੀਂ ਕੱਢ ਦਿਓ ਕਿਉਂਕਿ ਉੱਥੇ ਸਰਕਾਰਾਂ ਜਿਹੜੀਆਂ ਉਹ ਸਟੇਟ ਦੇ ਵਿੱਚ ਹੋਰ ਸੀ 7 ਸਾਲ ਸਾਨੂੰ ਮੌਕਾ ਮਿਲਿਆ ਹੁਣ ਇਹ ਪਹਿਲੀ ਵਾਰ ਆ ਕਿ ਸਰਕਾਰ ਵੀ ਕਾਂਗਰਸ ਦੀ ਆ ਔਰ ਨਗਰ ਕੌਂਸਲ ਦੇ ਵਿੱਚ ਜੇ ਕਾਂਗਰਸ ਵਧੀਆ ਕਾਰਜਕਾਰੀ ਦਿਖਾਉਂਦੀ ਆ ਤਾਂ ਮੌਕੇ ਵੀ ਉਹਨਾਂ ਲਈ ਵਧੀਆ ਤੁਹਾਨੂੰ ਕੀ ਲੱਗਦਾ ਇਹ ਤਾਲਮੇਲ ਲੋਕਾਂ ਲਈ ਕਿੰਨਾ ਵਧੀਆ ਹੋਏਗਾ ਚੰਨਾ ਸਾਹਿਬ ਬੜੀ ਇੱਕ ਮੈਂ ਜ਼ਰੂਰ ਗੱਲ ਕਹਾਂਗਾ ਸੱਚਾਈ ਦੀ ਗੱਲ ਆ ਨਗਰ ਕੌਂਸਲ ਦੇ ਉੱਤੇ ਤਕਰੀਬਨ ਸਾਡਾ 22 ਸਾਲ ਤੱਕ ਚੱਲਦਾ ਰਿਹਾ ਪ੍ਰਸ਼ਾਸਨ ਚੱਲਦਾ ਰਿਹਾ ਉਸ ਸਮੇਂ ਦੇ ਹਿਸਾਬ ਦੇ ਨਾਲ ਹਰ ਇੱਕ ਜੋ ਵੀ ਸਾਡੇ ਕਮੇਟੀ ਆਏ ਉਹਨਾਂ ਨੇ ਸਾਰਿਆਂ ਨੇ ਬੜੀ ਜੱਦੋਜਹਿਦ ਕਰਕੇ ਜਿੰਨਾ ਵੀ ਅਸੀਂ ਕਰ ਸਕੇ ਜ਼ਰੂਰ ਕੀਤਾ ਔਰ ਮੈਂ ਇਸ ਗੱਲ ਨੂੰ ਮੰਨਣ ਵਿੱਚ ਐਕਸੈਪਟ ਕਰਨ ਵਿੱਚ ਬਿਲਕੁਲ ਝਿਜਕ ਨਹੀਂ ਮਹਿਸੂਸ ਕਰਾਂਗਾ ਕਿ ਅਸੀਂ ਉਸ ਸਮੇਂ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਕਾਮਯਾਬ ਨਹੀਂ ਹੋ ਸਕੇ ਉਹਦੇ ਪਿੱਛੇ ਕਈ ਕਾਰਨ ਹੁੰਦੇ ਆ ਪਾਰਟੀਆਂ ਦੇ ਵਿੱਚ ਵੀ ਹੁੰਦੇ ਆ ਵਿਰੋਧੀ ਪਾਰਟੀਆਂ ਦੀ ਵੀ ਗੱਲ ਹੁੰਦੀ ਆ ਔਰ ਉਹ ਨਹੀਂ ਉਸ ਵਕਤ ਇੰਨੀ ਡਿਵੈਲਪਮੈਂਟ ਨਹੀਂ ਹੋ ਸਕੀ ਜਿੰਨੀ ਕੁ ਹੋਣੀ ਚਾਹੀਦੀ ਸੀ ਅਸੀਂ ਉਹਨਾਂ ਗੱਲਾਂ ਨੂੰ ਹੀ ਮੁੱਖ ਰੱਖਦਿਆਂ ਹੋਇਆ ਕਿ ਚਲੋ ਅਤੀਤ ਵਿੱਚ ਜੋ ਸਾਡੇ ਕੋਲੋਂ ਕੋਈ ਗਲਤੀ ਵੀ ਹੋਈ ਤੇ ਉਸ ਗੱਲ ਨੂੰ ਸੁਧਾਰਨੇ ਦੇ ਲਈ ਹੁਣ ਪੰਜਾਬ ਵਿੱਚ ਕਾਂਗਰਸ ਸਰਕਾਰ ਆ ਕੈਪਟਨ ਸਾਹਿਬ ਦੀ ਸਰਕਾਰ ਆ ਔਰ ਅਗਰ ਹੁਣ ਸਾਨੂੰ ਪਬਲਿਕ ਮੌਕਾ ਦਿੰਦੀ ਆ ਤਾਂ ਉਹਨਾਂ ਗਲਤੀਆਂ ਨੂੰ ਜੋ ਕੋਈ ਰਹਿ ਵੀ ਗਈਆਂ ਕਮੀਆਂ ਰਹਿ ਗਈਆਂ ਕਿਉਂਕਿ 100% ਕੋਈ ਵੀ ਨਹੀਂ ਪੂਰਾ ਹੋ ਸਕਦਾ ਪੂਰਾ ਤਾਂ ਕੇਵਲ ਇੱਕ ਪ੍ਰਮਾਤਮਾ ਹੈ ਇਸ ਕਰਕੇ ਕਮੀਆਂ ਜ਼ਰੂਰ ਰਹਿ ਗਈਆਂ ਸੀ ਉਹ ਕੰਮਾਂ ਨੂੰ ਪੂਰਾ ਕਰਨਾ ਚਾਹੁੰਦੇ ਚੌਧਰੀ ਸਾਹਿਬ ਦੀ ਦੇਖ ਰੇਖ ਦੇ ਹੇਠ ਬਿਕਰਮਜੀਤ ਜੀ ਔਰ ਚੌਧਰੀ ਸੰਤੋਖ ਸਿੰਘ ਜੀ ਦੀ ਅਗਵਾਈ ਦੇ ਵਿੱਚ ਅਸੀਂ ਇਹ ਜਿਹੜੇ ਕੰਮ ਆ ਨਵੀਂ ਕਮੇਟੀ ਚੁਣ ਕੇ ਆਵੇ ਕੈਂਡੀਡੇਟ ਚੁਣ ਕੇ ਆਉਣਗੇ ਸਾਡੇ ਉਮੀਦਵਾਰ ਤੇ ਉਹ ਜਿਹੜੀਆਂ ਕੋਈ ਕਮੀਆਂ ਰਹਿ ਗਈਆਂ ਨੇ ਖਾਸ ਕਰਕੇ
ਜਿਵੇਂ ਸੀਵਰੇਜ ਦੀ ਗੱਲ ਕੀਤੀ ਜਾਂਦੀ ਤੁਸੀਂ ਕਹਿੰਦੇ ਹਾਂ ਤੇ ਉਹ ਜਿਹੜੀਆਂ ਕਮੀਆਂ ਰਹਿ ਗਈਆਂ ਸਮਰਾ ਸਾਹਿਬ ਸਾਡੇ ਵਾਸਤੇ ਇੱਥੇ ਸੀਵਰੇਜ ਲੈ ਕੇ ਆਏ। ਅੱਛਾ ਸੀਵਰੇਜ ਲਈ ਮੈਂ ਕਹਿਣਾ ਚਾਹੁੰਦਾ ਸੀਵਰੇਜ ਲਈ ਕਾਫੀ ਨਗਰ ਅਕਾਲੀ ਭਾਜਪਾ ਨੇ ਵੀ ਕਾਫੀ ਕੋਸ਼ਿਸ਼ ਕੀਤੀ ਆ ਬਟ ਫਿਰ ਵੀ ਜੇ ਆਪਾਂ ਦੇਖੀਏ ਜਿੰਨਾ ਸੀਵਰੇਜ ਦਾ ਕੰਮ ਹੋਇਆ ਉਸ ਤੋਂ ਬਾਅਦ ਵੀ ਗਲੀਆਂ ਨਾਲੀਆਂ ਦੇ ਵਿੱਚ ਪਾਣੀ ਉਸੇ ਤਰ੍ਹਾਂ ਬਰਕਰਾਰ ਹੈ, ਸੀਵਰੇਜ ਗੰਦੇਪਣ ਦਾ ਨਿਕਾਸ ਨਹੀਂ ਹੋ ਰਿਹਾ। ਤੁਹਾਨੂੰ ਕੀ ਲੱਗਦਾ ਵੀ ਜਿਹੜਾ ਇਹ ਸੀਵਰੇਜ ਦਾ ਪ੍ਰੋਜੈਕਟ ਆ ਕਿਉਂਕਿ ਹਲੇ ਤਾਂ ਕੰਕਲੂਡ ਵੀ ਨਹੀਂ ਹੋਇਆ, ਲਾਸਟ ਸਟੇਜ ਤੇ ਆਓ ਔਰ ਗ੍ਰਾਂਟ ਉਹਦੇ ਲਈ ਸ਼ਾਇਦ ਆ ਗਈ ਆ, ਜਦੋਂ ਇੰਪਲੀਮੈਂਟ ਹੋਏਗੀ ਫਿਰ ਆਪਾਂ ਦੇਖਾਂਗੇ ਉਹਦਾ ਕੀ ਇਫੈਕਟ ਪੈਂਦਾ ਹੈ। ਬਟ ਜਿਹੜੇ ਹੋਰ ਛੋਟੇ ਛੋਟੇ ਪ੍ਰੋਜੈਕਟ ਆ ਜਿੱਦਾਂ ਹੋਸਪਿਟਲ ਹੀ ਆ, ਹੋਸਪਿਟਲ ਬਣ ਗਿਆ ਬਟ ਉਹਦੀ ਜਿਹੜੀ ਬਹੁਤ ਘੱਟ ਬੈੱਡ ਦਾ ਆ ਜਦਕਿ ਇੱਥੇ ਦੀ ਲੋੜ ਆ ਜ਼ਿਆਦਾ ਹੋਵੇ, ਇਹੋ ਜਿਹੀਆਂ ਚੀਜ਼ਾਂ ਲਈ ਕੀ ਸੁਧਾਰ ਕਰੂਗੀ ਕਾਂਗਰਸ ਜੇ ਇੱਥੇ ਕਾਂਗਰਸ ਬਣਦੀ ਆ? ਦਰਅਸਲ ਦਾ ਜਿਹੜਾ ਸੀਵਰੇਜ ਦਾ ਆਇਆ ਜੀ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ, ਦੋਵੇਂ ਪਾਰਟੀਆਂ ਨੇ ਵੱਖੋ ਵੱਖਰੀ ਤਰ੍ਹਾਂ ਜਦੋਂ ਜਦ ਕੀਤੀ, ਕਾਂਗਰਸ ਨੇ ਵੀ ਪੈਸੇ ਲਿਆਂਦੇ, ਸ਼੍ਰੋਮਣੀ ਅਕਾਲੀ ਦਲ ਬੀਜੇਪੀ ਵਾਲਿਆਂ ਨੇ ਵੀ ਪੈਸੇ ਲਿਆਂਦੇ ਕਿ ਸੀਵਰੇਜ, ਦਰਅਸਲ ਸੀਵਰੇਜ ਜਿਹੜਾ ਆ ਪੂਰੇ ਰੂਪ ਦੇ ਵਿੱਚ ਉਹ ਚੱਲ ਹੀ ਨਹੀਂ ਸਕਿਆ ਅਜੇ, ਮਤਲਬ ਉਹਦਾ ਕਿਤੇ ਵੀ ਜਿਹੜਾ ਨਿਕਾਸ ਆ ਪਾਣੀ ਦਾ ਉਹ ਤਾਂ ਪਹੁੰਚਿਆ ਹੀ ਨਹੀਂ। ਸੀਵਰੇਜ ਦੇ ਪਾਇਪ ਜ਼ਰੂਰ ਪਾ ਦਿੱਤੇ, ਕਾਂਗਰਸ ਨੇ ਵੀ ਪਾ ਦਿੱਤੇ, ਬੀਜੇਪੀ ਅਕਾਲੀ ਦਲ ਨੇ ਵੀ ਪਾ ਦਿੱਤੇ, ਪਰ ਨਿਕਾਸ ਨਹੀਂ ਹੋਇਆ। ਉਹ ਜਿਹੜਾ ਹੁਣ ਨਿਕਾਸ ਦੀ ਗੱਲ ਚੱਲ ਰਹੀ ਹੈ, ਇਸੇ ਮੁੱਦੇ ਨੂੰ ਲੈ ਕੇ ਅਸੀਂ ਅੱਗੇ ਵੱਧ ਰਹੇ ਹਾਂ ਕਿ ਉਹ ਨਿਕਾਸ ਹੁਣ ਸਿਰਫ ਕਰਵਾਉਣਾ ਜ਼ਰੂਰੀ ਆ, ਜਾਂ ਤਾਂ ਉਹਨੂੰ ਬੀਜ ਦੇ ਨਾਲ ਕਨੈਕਟ ਕਰ ਦਿੱਤਾ ਜਾਵੇ, ਜਿਹੜੀ ਕੋਈ ਰਸਤੇ ਵਿੱਚ ਦਿੱਕਤ ਆ ਰਹੀ ਹੈ ਉਹਦੇ ਨਾਲ ਕਰ ਦਿੱਤਾ ਜਾਵੇ। ਸਾਡੇ ਸਮੇਂ ਇੱਕ ਸਰਗੁੰਦੀ ਪਿੰਡ ਦੇ ਵਿੱਚ ਦੀ ਡਰੇਨ ਨਿਕਲਦੀ ਸੀ, ਉਹ ਡਰੇਨ ਜਿਹੜੀ ਆ ਬਿਲਕੁਲ ਕਿਸਾਨਾਂ ਦੇ ਅਧੀਨ ਆ, ਉਹ ਖੇਤੀ ਕਰਦੇ ਉਹਦੇ ਉੱਤੇ, ਅਸੀਂ ਉਦੋਂ ਵੀ ਜਦੋਂ ਜਦ ਕੀਤੀ ਸੀ ਕੋਈ ਡਰੇਨ ਦੇ ਵਿੱਚ ਹੀ ਇਹ ਪਾਣੀ ਸੀਵਰੇਜ ਦਾ ਪਾ ਦਿੱਤਾ ਜਾਵੇ, ਪਰ ਕਿਸੇ ਕਾਰਨ ਨਹੀਂ ਹੋ ਸਕਿਆ, ਕਈ ਕਾਨੂੰਨੀ ਅੜਚਣਾਂ ਆਈਆਂ ਉਹਦੇ ਵਿੱਚ। ਪਰ ਹੁਣ ਸਾਡੀ ਇਹ ਜਦੋਂ ਜਦ ਆ ਕਿ ਸਰਕਾਰ, ਪੰਜਾਬ ਸਰਕਾਰ, ਕਾਂਗਰਸ ਦੀ ਆ, ਕੈਪਟਨ ਸਾਹਿਬ ਦੀ ਆ, ਤੇ ਚੌਧਰੀ ਸਾਹਿਬ ਨੂੰ ਕਹਿ ਕੇ ਇਹ ਨਿਕਾਸ ਹੋ ਜਾਵੇ ਤੇ ਸ਼ਹਿਰ ਦੇ ਜਿਹੜੀ ਗੰਦਗੀ ਆ ਇਹ ਪਹਿਲੇ ਦੇ ਆਧਾਰ ਤੇ ਜਿਹੜੀ ਅਸੀਂ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਕਿੰਨਾ ਫਸਮਾ ਮੁਕਾਬਲਾ ਹੈ, ਤਿੰਨ ਚਾਰ ਦਿਨ ਰਹਿ ਗਏ ਨੇ, ਬਿਲਕੁਲ ਪੂਰਾ ਐਨ ਜ਼ੋਰ ਤੇ ਆ, ਸਾਰੇ ਉਮੀਦਵਾਰ ਜ਼ੋਰ ਲਾ ਰਹੇ ਨੇ, ਦੋਨੇ ਪੋਲੀਟੀਕਲ ਪਾਰਟੀਆਂ ਜ਼ੋਰ ਲਾ ਰਹੀਆਂ, ਵਿੱਚ ਬਸਪਾ ਤੇ ਆਪ ਦਾ ਗੱਠਜੋੜ ਵੀ ਆ, ਕਿੰਨਾ ਫਸਮਾ ਮੁਕਾਬਲਾ ਸਮਝਦੇ ਹੋ ਤੁਸੀਂ? ਬਹੁਤ ਜ਼ਿਆਦਾ ਆ ਜਿਹੜਾ ਜੀ, ਮੈਂ ਤਾਂ ਇਸ ਗੱਲ ਨੂੰ ਮੰਨ ਕੇ ਚੱਲਦਾ ਕਿ ਸਾਡਾ ਬੜਾ ਜ਼ਬਰਦਸਤ ਮੁਕਾਬਲਾ ਚੱਲ ਰਿਹਾ, ਔਰ ਸਾਡਾ ਜਿਹੜਾ ਦ੍ਰਿੜਤਾ ਦੇ ਨਾਲ ਸਾਡੇ ਮਨ ਵਿੱਚ ਇੱਕ ਸੰਕਲਪ ਆ ਕਿ ਅਸੀਂ ਕਿਸੇ ਦੇ ਲਈ, ਕਿਸੇ ਗੱਦੀ ਉੱਤੇ ਕਾਬਜ਼ ਹੋਣ ਦੇ ਲਈ ਨਹੀਂ ਇਹ ਲੜਾਈ ਲੜ ਰਹੇ, ਅਸੀਂ ਸ਼ਹਿਰ ਦੇ ਵਿਕਾਸ ਵਾਸਤੇ, ਸਮਾਜ ਦੇ, ਰਾਸ਼ਟਰ ਦੇ, ਦੇਸ਼ ਨੂੰ ਸਮਰਪਿਤ ਹੋਣ ਦੇ ਲਈ, ਕਿਉਂਕਿ ਲੰਬਾ ਸਮਾਂ ਬੀਤ ਗਿਆ, ਸਾਡਾ ਸ਼ਹਿਰ ਬਹੁਤ ਪਿਛੜਿਆ ਹੋਇਆ। ਸਕੋਰ ਬੋਰਡ ਤੇ ਕੀ ਰਿਜ਼ਲਟ ਰਹੇਗਾ 17 ਤਰੀਕ ਨੂੰ? 13 ਵਾਰਡ ਨੇ, ਸਕੋਰ ਬੋਰਡ ਕੀ ਕਹੇਗਾ? ਵੈਸੇ ਤਾਂ ਜਿਵੇਂ ਤੁਸੀਂ ਪਹਿਲਾਂ ਆਖਿਆ ਚਾਹੁੰਦਾ ਸਾਹਿਬ, ਸਾਡਾ ਫਰਜ਼ ਆ ਕਰਮ ਕਰਨਾ, ਜਿਵੇਂ ਗੀਤਾ ਦਾ ਭਗਵਾਨ ਕ੍ਰਿਸ਼ਨ ਜੀ ਦੀ ਗੱਲ ਕੀਤੀ ਤੁਸੀਂ, ਅਸੀਂ ਕਰਮ ਕਰਦੇ ਚਲੇ ਜਾ ਰਹੇ ਹਾਂ, ਔਰ ਸਾਡੇ ਬਿਲਕੁਲ ਪਰਮਾਤਮਾ ਦੇ ਚਰਨਾਂ ਦੇ ਵਿੱਚ ਇਹ ਪੂਰਨ ਭਰੋਸਾ ਆ ਕਿ ਜਦੋਂ ਬੰਦਾ ਕੋਈ ਸੇਵਾ ਕਰਨ ਵਾਸਤੇ ਜਾਂਦਾ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ, ਸਤਿਗੁਰੂ ਮਹਾਰਾਜ ਦੇ ਵੀ ਫਰਮਾਨ ਹੈ ਕਿ ਜਦੋਂ ਅਸੀਂ ਸੇਵਾ ਕਰਾਂਗੇ ਆਪਣਾ ਕਰਮ ਨਿਸ਼ਕਾਮ ਭਾਵਨਾ ਨਾਲ ਕਰਦੇ ਜਾਓ, ਫਲ ਜਿਹੜਾ ਆ ਮੈਂ ਸਮਝਦਾ ਭਗਵਾਨ ਦੇ ਹੱਥੇ ਜ਼ਰੂਰ ਸਾਨੂੰ ਵਧੀਆ ਦੇਣਗੇ ਔਰ ਅੱਛਾ ਦੇਣਗੇ। ਇੰਨਾ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਵੇ, ਚਾਰ ਬੰਦੇ ਛੱਡ ਲਾ ਮੋਟਾ ਦੇਣ ਲਈ। ਰੇਸ਼ਮ ਜੀ ਨਾਲ ਇਹ ਸੀ, ਬੜੀ ਬੇਬਾਕੀ ਦੇ ਨਾਲ ਉਹਨਾਂ ਨੇ ਸਾਡੇ ਜੋ ਸਵਾਲ ਸੀ ਉਹਨਾਂ ਦਾ ਜਵਾਬ ਦਿੱਤਾ। ਰੇਸ਼ਮ ਜੀ ਇਸ ਵਿਚਾਰ ਚਰਚਾ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਕੈਮਰਾਮੈਨ ਰਵੀ ਨਾਲ ਦੀਪ ਗੁਆੜਾ, ਹੈਡ ਐਂਡ ਲਾਈਵ ਲਈ ਜਗਜੀਤ ਚਾਨਾ ਦੀ।